ਹੈਲੋ ਗਾਈਸ, ਤੇ ਅੱਜ ਵੱਜ ਗਏ ਹੈ ਸ਼ਾਮ ਦੇ 6 ਤੇ ਕ੍ਰਿਤੀ ਨੂੰ ਚੱਲੇ ਆਪਾਂ ਡਾਂਸ ਕਲਾਸ ਛੋੜਨ, ਕਿਉਂਕਿ ਅੱਜ ਕ੍ਰਿਤੀ ਦਾ ਫਸਟ ਡੇ ਹੈ ਹੋਲੀਡੇ ਦਾ, ਤੇ ਅਸੀਂ ਸੋਚਿਆ ਨਾਲ ਇਹਨੂੰ ਡਾਂਸ ਕਲਾਸ ਵੀ ਜੁਆਇਨ ਕਰ ਲਾਂ, ਕਿਉਂਕਿ ਵਿਹਲਾ ਘਰ ਸ਼ੈਤਾਨ ਦਾ ਘਰ ਹੁੰਦਾ, ਤੇ ਇਸ ਕਰਕੇ ਇਹਨੂੰ ਕਿਤੇ ਨਾ ਕਿਤੇ ਬਿਜ਼ੀ ਰੱਖਣਾ। ਤੇ ਹੁਣ ਆਪਾਂ ਚੱਲੇ ਹਾਂ ਡਾਂਸ ਕਲਾਸ, ਵੇਖਦੇ ਉੱਥੇ ਡਾਂਸ ਕਿੰਨਾ ਕੁ ਕਰਦੀ ਹੈ ਮੈਡਮ ਦੱਸਿਆ, ਕਿ ਅਸੀਂ ਛੱਡ ਕੇ ਆ ਜਾਣਾ। ਦਾਦੀ ਵੀ ਆ ਗਏ ਨਾਲ ਜਾਣ ਲਈ, ਹੈ ਨਾ ਕ੍ਰਿਤੀ? ਦਾਦੀ, ਕ੍ਰਿਤੀ ਅਤੇ ਆਹ ਮੇਰੀ ਧਨੋ, ਜਿਹੜੀ ਕਿ ਤੁਸੀਂ ਬੜੀ ਵੀਡੀਓਸ 'ਚ ਦੇਖੀ ਹੋਣਗੇ ਅੱਗੇ ਵੀ, ਇਹ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ, ਮੇਰਾ ਸਾਥ ਦਿੰਦੀ ਹੈ। ਇਹਦੇ ਨਾਲ ਹੀ ਆਪਾਂ ਹੁਣ ਜਾਵਾਂਗੇ, ਹੈ ਨਾ? ਇਹ ਪਹਿਲੇ ਚਲਾਉਂਦੇ ਸੀ ਮੰਮੀ, ਮੰਮੀ ਦੱਸਦੀ ਹੁੰਦੀ ਹੈ, ਫਿਰ ਮੰਮੀ ਨੂੰ ਨਹੀਂ ਪਤਾ ਸੀ ਮੈਂ ਵੀ ਚਲਾਉਂਦੀ ਆ ਕੇ, ਮੈਂ ਚਲਾਉਂਦੀ। ਮੰਮੀ ਨੇ ਪਹਿਲੇ ਆਪਣੇ ਬੱਚੇ ਘੁਮਾਏ, ਹੁਣ ਮੈਂ ਆਪਣੇ ਬੱਚੇ ਘੁਮਾਉਂਦੀ। ਹਾਂਜੀ ਕ੍ਰਿਤੀ, ਤੇ ਪਹੁੰਚ ਗਏ ਤੁਸੀਂ ਡਾਂਸ ਕਲਾਸ 'ਚ? ਚਲੋ ਫਿਰ ਚੱਲੀਏ। ਦਾਦੀ ਮੇਰੀ ਫੋਟੋ, ਚਲੋ ਦਾਦੀ ਆਓ, ਚਲੋ ਚਲੋ। ਦੇਖੋ ਕੋਈ ਹੈ ਵੀ ਹੈ, ਦੇਖਤੇ ਹੈ ਕੋਈ ਆਤਾ ਹੈ, ਆਪਕੇ ਮੈਡਮ ਆਤੇ ਹੈ। ਖੁੱਲ ਗਿਆ, ਖੁੱਲ ਗਿਆ ਦਿਨ ਸੇ। ਕੈਸੇ ਹੋ? ਸ਼ੂਜ਼ ਰਿਮੂਵ ਕਰੋ। ਹਾਰਮੋਨੀਅਮ ਵੀ ਚਲਾਇਆ, ਜਿਹੜੀ ਕਿ ਮੈਡਮ ਨੇ ਵੀਡੀਓ ਬਣਾਈ ਤੇ ਮੇਰੇ ਵੀ ਬਣ ਸਕੇ। ਮੈਂ ਹਾਰਮੋਨੀਅਮ ਚਲਾਉਣਾ ਵੀ ਸਿੱਖਿਆ। ਵੈਲ ਡਨ ਫਿਰ ਸੇ। ਡੇ ਡੇ ਕਹਾਂ ਥਾ। ਹੈਪੀ ਬਰਥਡੇ ਟੂ ਯੂ। ਵੈਲ ਡਨ ਫਿਰ ਸੇ। ਮੰਮੀ ਕਹਿੰਦੇ ਮੈਂ ਵੀ ਡਾਂਸ ਕਰ ਲਵਾਂ ਥੋੜਾ ਜਿਹਾ, ਡੁਮ ਡੁਮ ਲੱਗ ਲੱਗ। ਫਿਰ ਰਾਤ ਚ ਪਾਰਕ ਆਇਆ ਤੇ ਮੈਂ ਤੇ ਮੰਮਾ ਸੈਰ ਕਰਨ ਲੱਗ ਪਏ, ਮੰਮਾ ਅੱਗੇ ਅੱਗੇ ਮੈਂ ਪਿੱਛੇ ਪਿੱਛੇ, ਇੱਦਾਂ ਹੀ ਸੈਰ ਕਰਦੇ ਕਰਦੇ ਫਿਰ ਅਸੀਂ ਬਾਅਦ ਚੋਂ ਆਪਣੇ ਘਰ ਆ ਗਏ, ਤੇ ਵਲੋਗ ਦਾ ਇੱਥੇ ਹੀ ਆਪਾਂ ਐਂਡ ਕਰ